ਗੁਰਬਚਨ ਸਿੰਘ ਪੁੱਲਰ ਦੀ ਕਹਾਣੀ ਹੈ ਰਾਤ ਕੈਸੀ ਕੱਟੇ ਆਪਣੇ ਦਫ਼ਤਰ ਦੀਆਂ ਪੌੜੀਆਂ ਚੜਦਿਆਂ ਮੇਰੀ ਚੱਪਲ ਦੀ ਵੱਧਰੀ ਕੜਕ ਕਰਦੀ ਟੁੱਟ ਗਈ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਇੱਕ ਦੋ ਪਲ ਲਈ ਮੈਂ ਪੌੜੀਆਂ ਵਿੱਚ ਹੀ ਖਲੋਤਾ ਰਿਹਾ ਸ਼ਾਇਦ ਦਫ਼ਤਰ ਦੇ ਸਾਹਮਣੇ ਇੱਕ ਮੋਚੀ ਬੈਠਾ ਹੁੰਦਾ ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਮੋਚੀ ਤਾਂ ਨਹੀਂ ਇੱਕ ਸਾਈਕਲ ਮੁਰੰਮਤ ਕਰਨ ਵਾਲਾ ਤੇ ਇੱਕ ਮੱਕੀ ਦੀਆਂ ਛੱਲੀਆਂ ਭੁੰਨਣ ਵਾਲਾ ਤਾਂ ਦਫ਼ਤਰ ਦੇ ਬਾਹਰ ਬੈਠੇ ਹੁੰਦੇ ਆ ਮੈਨੂੰ ਮੋਚੀ ਦੇ ਉੱਥੇ ਬੈਠਦੇ ਹੋਣ ਉੱਤੇ ਕੁਝ ਸ਼ੱਕ ਜਿਹਾ ਹੋ ਗਿਆ। ਅਸਲ 'ਚ ਦਫ਼ਤਰ ਆਉਣ ਵੇਲੇ ਅਜੇ ਉੱਥੇ ਕੋਈ ਵੀ ਨਹੀਂ ਹੁੰਦਾ। ਦਫ਼ਤਰੋਂ ਮੁੜਨ ਵੇਲੇ ਬੱਸਾਂ ਦੀ ਇੰਨੀ ਕੁੱਤੇ ਝਾਕ ਰਹਿੰਦੀ ਹੈ ਕਿ ਲਾਈਨ 'ਚ ਖਲੋਤਿਆਂ ਹੋਰ ਕਿਧਰੇ ਨਜ਼ਰ ਹੀ ਨਹੀਂ ਜਾਂਦੀ। ਕਦੀ ਮੈਨੂੰ ਲੱਗਦਾ ਮੋਚੀ ਉੱਥੇ ਹੁੰਦਾ, ਕਦੀ ਮੈਨੂੰ ਲੱਗਦਾ ਮੋਚੀ ਉੱਥੇ ਨਹੀਂ ਹੁੰਦਾ। ਅੰਤ ਮੈਂ ਨਿਰਣਾ ਕੀਤਾ ਕਿ ਮੋਚੀ ਉੱਥੇ ਬੈਠਦਾ ਹੈ। ਚੱਪਲ ਹੱਥ 'ਚ ਫੜ ਕੇ ਨੰਗੇ ਪੈਰੀਂ ਜਾਣਾ ਬੁਰਾ ਲੱਗਦਾ ਸੀ। ਮੈਂ ਟੁੱਟੀ ਚੱਪਲ ਵਾਲੇ ਪੈਰ ਨੂੰ ਘੜੀਸਦਾ ਹੋਇਆ ਦਫ਼ਤਰੋਂ ਬਾਹਰ ਆ ਗਿਆ। ਸੜਕ ਉੱਤੇ ਦੂਜੇ ਪਾਸੇ ਠੀਕ ਇੱਕ ਮੋਚੀ ਬੈਠਾ ਸੀ ਸਾਡੇ ਦਫ਼ਤਰ ਤੋਂ ਇੱਕ ਕੋਠੀ ਛੱਡ ਕੇ ਲੰਘਦੀ ਤੰਗ ਤੇ ਬੇਰੌਣਕ ਜਿਹੀ ਗਲੀ ਜਿੱਤੇ ਭੀੜ ਭੜੱਕੇ ਨਾਲ ਭਰੀ ਵੱਡੀ ਸੜਕ ਨੂੰ ਕੱਟ ਕੇ ਗਾਂ ਵਾਦੀ ਹੈ ਉੱਥੇ ਸਾਡੇ ਦਫ਼ਤਰੋਂ ਦੂਜੇ ਪਾਸੇ ਵਾਲੀ ਨੁੱਕਰ 'ਚ ਉਹ ਨੀਵੀਂ ਪਾ ਕੇ ਬੈਠਾ ਕੰਮ ਕਰ ਰਿਹਾ ਸੀ ਟੈਲੀਫੋਨ ਦੇ ਵਿਭਾਗੇ ਵੱਲੋਂ ਗੱਡੇ ਹੋਏ ਲੋਹੇ ਦੇ ਇੱਕ ਚਾਰਕੂ ਫੋਟੋ 'ਚ ਤਾਲੇ ਬੰਦ ਬਕਸ ਦੀ ਛਾਂ ਦਾ ਉਹਨੇ ਆਸਰਾ ਲਿਆ ਹੋਇਆ ਸੀ ਦਫਤਰੋਂ ਨਿਕਲ ਕੇ ਮੈਂ ਟੁੱਟੀ ਚੱਪਲ ਹੱਥ 'ਚ ਫੜ ਲਈ ਤੇ ਆਵਾਜ਼ਾਈ ਦੀ ਭੀੜ ਵਿੱਚੋਂ ਦੀ ਸਾਬਤ ਚੱਪਲ ਵਾਲੇ ਖੱਬੇ ਪੈਰ ਨੂੰ ਧਰਤੀ ਤੇ ਲਾਉਂਦਾ ਤੇ ਨੰਗਾ ਸੱਜਾ ਪੈਰ ਜ਼ਰਾ ਛੁਆਉਂਦਾ ਹੋਇਆ ਸੜਕ ਪਾਰ ਕਰਕੇ ਮੋਚੀ ਕੋੜ ਪੁੱਜ ਗਿਆ। ਰਾਮ ਰਾਮ ਸਰਦਾਰ ਜੀ ਆਇਏ। ਉਹਨੇ ਆਪਣੇ ਸਾਹਮਣੇ ਪਈ ਹੋਈ ਕਿਸੇ ਦੇ ਟੁੱਟੇ ਛਤਰ ਉੱਤੇ ਆਰ ਖੋਪਦੇ ਹਾਂ। ਸਿਰ ਚੁੱਕ ਕੇ ਮੇਰੇ ਵੱਲ ਵੇਖਿਆ। ਬਈ ਜੇ ਹਾਂ ਕੰਮ ਜ਼ਰੂਰੀ ਨਹੀਂ ਤੇ ਪਹਿਲਾਂ ਮੇਰੀ ਚੱਪਲ ਠੀਕ ਕਰ ਦੇ ਮੇਰਾ ਦਫ਼ਤਰ ਦਾ ਵੇਲਾ ਹੈ। ਮੈਂ ਆਪਣੀ ਚੱਪਲ ਉਸ ਅੱਗੇ ਸੁੱਟ ਦਿੱਤੀ। ਲਾਈਏ ਲਾਈਏ ਪਹਿਲੇ ਆਪਕਾ ਚੱਪਲ ਮੁਰੰਮਤ ਕਰ ਦਿੰਦਾ ਹਾਂ ਉਹਨੇ ਛੇਤਰ ਪਾਸੇ ਰੱਖ ਕੇ ਮੇਰੀ ਚੱਪਲ ਚੁੱਕਦੇ ਆ ਤੇ ਮੁੱਧੀ ਸਿੱਧੀ ਕਰਕੇ ਵੇਖਦੇ ਆ ਕਿਆ ਮੈਂ ਉਸ ਵੱਲ ਤੇ ਉਹਦੇ ਸਮਾਨ ਵੱਲ ਨਜ਼ਰ ਮਾਰੀ ਉਹ ਇੱਕ ਗਰੀਬੜਾ ਜਿਹਾ ਮੋਚੀ ਸੀ ਤੇੜ ਮੈਲੀ ਧੋਤੀ ਬਸ ਹੋਰ ਕੋਈ ਕਪੜਾ ਤਾਂ ਉੱਤੇ ਨਹੀਂ ਸੀ ਕੋਲ ਬਹੁਤ ਟੁੱਟੇ ਛੇਤਰਾਂ ਦਾ ਇੱਕ ਜੋੜਾ ਪਿਆ ਸੀ ਉਹ ਸ਼ਾਇਦ ਉਸੇ ਦਾ ਸੀ ਦੋ ਤਿੰਨ ਆਰਾਂ ਦੋ ਇੱਕ ਵੱਡੀ ਇੱਕ ਛੋਟੀ ਰੰਬੀਆਂ ਪਾਣੀ ਦੀ ਕੁੰਡੀ ਤੇ ਪੱਥਰੀ ਮੋਂਗਰਾ ਤੇ ਫਲੀ ਧਾਗਿਆਂ ਦਾ ਡੱਬਾ ਕੁਝ ਸਟਾਰ ਤੇ ਕਿੱਲ ਇੱਕ ਪੁਰਾਣਾ ਫੌਜੀ ਪਿੱਠੂ ਵੀ ਪਿਆ ਸੀ ਸ਼ਾਇਦ ਉਹ ਪੱਥਰੀ ਤੋਂ ਬਿਨਾ ਆਪਣਾ ਸਾਰਾ ਕੁਝ ਇਸ ਵਿੱਚ ਸਮੇਟ ਕੇ ਤੇ ਫਲੀ ਹੱਥ ਵਿੱਚ ਫੜ ਕੇ ਸ਼ਾਮ ਨੂੰ ਘਰ ਲੈ ਜਾਂਦਾ ਹੋਵੇਗਾ ਇਸ ਵੱਡੀ ਸੜਕ ਦੇ ਦੋਵੇਂ ਪਾਸੇ ਬਿਹੜੇ ਦੇ ਵੱਡੇ-ਵੱਡੇ ਦਰਖਤ ਹਨ ਪੁਰਾਣੇ ਲੱਗੇ ਹੋਏ ਜਿੱਥੇ ਕਿਤੇ ਬੋਰਡ ਰਹਿ ਗਿਆ ਓਹ ਜਾਪਦਾ ਹੈ ਕਿ ਫੇਰ ਕਿਸੇ ਨੇ ਨਹੀਂ ਭਰਿਆ मोची ਦੇ ਬੱਠਣ ਵਾਲੀ ਥਾਂ ਦੇ ਨੇੜੇ ਤੇੜੇ ਵੀ ਦੋਹੀਂ ਪਾਸੇ ਕਈ-ਕਈ ਗਾਜ ਤੱਕ ਦਰਖਤ ਨਹੀਂ ਟੈਲੀਫੋਨ ਵਾਲਿਆਂ ਦੇ ਬਕਸੇ ਦੀ ਛਾਂ ਇਨੀ ਥੋੜੀ ਸੀ ਕਿ ਬੈਠੇ 모ची ਦੇ ਲੱਕ ਤੱਕ ਆ ਰਹੀ ਸੀ ਤੇ ਉਤੋਂ ਸਾਰਾ ਉੱਤੋਂਪ ਵਿੱਚ ਸੀ ਗਰਮੀ ਬਹੁਤ ਜ਼ਿਆਦਾ ਤਾਂ ਨਹੀਂ ਸੀ ਰਹੀ ਫਿਰ ਵੀ ਅਜੇ ਕਾਫੀ ਪੈਂਦੀ ਸੀ ਕੁਝ ਪਲ ਧੁੱਪੇ ਖੜਿਆ ਪਿੰਡੇ 'ਚ ਪਿੰਡੇ ਵਿੱਚੋਂ ਚਿੰਗਾ ਨਿਕਲਣ ਲੱਗ ਪੈਂਦੀਆਂ ਸੀ ਪਰ 모ची ਤਾਂ ਮੈਂ ਹੁਣ ਯਾਦ ਕੀਤਾ ਪਿਛਲੇ ਕਈ ਦਿਨਾਂ ਤੋਂ ਇੱਥੇ ਬੈਠਦਾ ਸੀ ਤੇ ਜਦੋਂ ਅਜੀ ਧੁੱਪ ਬਹੁਤ ਤਿੱਖੀ ਹੁੰਦੀ ਸੀ ਅੱਜ ਵੀ ਉਹਦੇ ਪਿੰਡੇ ਤੇ ਮੁੜਕੇ ਦੀਆਂ ਘਰਾਣਾ ਵਗ ਰੀਆਂ ਸੀ ਉਹਨੇ ਧਾਗੇ ਨੂੰ ਪੈਰ ਦੇ ਗੂਠੇ ਚੜਾ ਕੇ ਠੀਕ ਕੀਤਾ ਮੇਰੀ ਚੱਪਲ ਦੀ ਟੁੱਟੀ ਹੋਈ ਬਧਰੀ ਚ ਆਰ ਖੋਬਦਿਆਂ ਕਹਿਣ ਲੱਗਾ ਸਰਦਾਰ ਜੀ ਆਪ ਭੱਟੇ ਪੇੜ ਕੀ ਓਟ ਮੇ ਚਲੇ ਜਾਓ ਅਭੀ ਗਰਮੀ ਘਣੀ ਪੜੀ ਸ ਹੈ ਕੰਮ ਹੋ ਗਿਆ ਮੈਂ ਜਬੀ ਬੋਲ ਦੂੰਗਾ ਗਰਮੀ ਨਾਲ ਮੇਰੇ ਮੱਥੇ ਉੱਤੇ ਮੁੜਕੇ ਦੀਆਂ ਬੂੰਦਾਂ ਸਿਮ ਆਈਆਂ ਸਨ ਤੂੰ ਦੂਜੇ ਪਾਸੇ ਜਾ ਕੇ ਉਹਨਾਂ ਦਰਖਤਾਂ ਹੇਠ ਕਿਉਂ ਨਹੀਂ ਬੈਠਦਾ ਕੱ체 ਤੂੰ ਪੇੜੜਦਾ ਮੈਂ ਵੇਖਿਆ ਕਿ ਸਾਹਮਣੇ ਸੜਕ ਦੇ ਦੂਜੇ ਪਾਸੇ ਸੰਘਣੇ ਸੰਘਣੇ ਦਰਖਤ ਸਨ ਥੋੜਾ ਸੂਰਜ ਨੀਚਾ ਹੋ ਨਹੀਂ ਪਰ ਅਠੇ ਹੀ ਕੰਮ ਚੱਲ ਜਾਏ ਕਰੇ ਪਹਿਲੇ ਕੁਛ ਦਿਨ ਮੈਂ ਉਧਰ ਹੀ ਬੈਠਦਾ ਰਹਾ ਬਾਤ ਨਿਉ ਸਹ ਥੋੜਾ ਮੋਟਾ ਕੰਮ ਜੋ ਮੇਰੇ ਕੋ ਮਿਲਦਾ ਹੈ ਉਹ ਬਿਲਡਿੰਗ ਬਣ ਰਹੀ ਹੈ ਨਾ ਉਸਕੇ ਮਜ਼ਦੂਰਾਂ ਕਾ ਹੁੰਦਾ ਹੈ ਉਹਨੇ ਨਾਲ ਦੀ ਕੋਠੀ ਦੀ ਪਿੱਠੋਂ ਤੇ ਉਸ ਰਹੀ ਇਮਾਰਤ ਵੱਲ ਇਸ਼ਾਰਾ ਕੀਤਾ ਜਿਹਦੀਆਂ ਆਖਰ ਨੂੰ 12 ਮੰਜ਼ਲੇਾਂ ਬਣਨੀਆਂ ਸੀ ਫਿਰ ਕੀ ਹੈ ਜਿਹਨੇ ਕੁਝ ਕਰਵਾਉਣਾ ਹੋ ਆਪੇ ਉੱਥੇ ਆ ਜਾਓ ਔਰ ਸਾਹਮਣੇ ਸਭ ਨੂੰ ਤਾਂ ਦਿਸਦਾ ਜਬੀ ਮੈਂ ਅਠੇ ਪੇੜ ਕੀ ਓਟ ਮੇ ਬੈਠਤਾ ਰਿਆ ਸਰਦਾਰ ਜੀ ਜੋ ਵੀ ਮੁਰੰਮਤ ਕੋ ਆਤਾ ਬੋਲਤਾ ਟੂਟ ਟੂਟ ਪੜਤੀ ਸੜਕ ਪਰ ਪਾਰ ਕਰਨੀ ਗਣੀ ਮੁਸ਼ਕਿਲ ਸੈ ਤੇ ਹਮਾਰੇ ਔਰ ਹੀ ਆਏ ਰਹੋ ਪੇਟ ਕਾ ਸਵਾਲ ਥਾ ਮੈਂ ਯਹਾਂ ਆ ਗਿਆ ਜੀ ਇਹ ਬੜੀ ਸੜਕ ਚਲਤੀ ਵੀ ਤੋ ਬਹੁਤ ਹੈ ਬੇ ਠੀਕ ਹੀ ਤੋ ਕਹਤੇ ਰਹੇ ਇਨਾ ਤੈਨੂੰ ਉਹਨਾਂ ਦਾ ਕੰਮ ਕਿੰਨਾ ਕੁ ਮਿਲਦਾ ਮੈਂ ਪੁੱਛਿਆ ਬਸ ਸਮਝੋ ਰੋਟੀ ਸਾਗ ਹੁਣੀ ਸੇ ਹੀ ਚੱਲਦਾ ਹੈ ਘਣੇ ਆਦਮੀ ਕੰਮ ਕਰੇ ਸੈਂ ਪੱਥਰ 'ਮੇ ਕੰਮ ਕਰਤੇ ਕਰਤੇ ਜੂਤੇ ਟੁੱਟੀ ਜਾਂਦੇ ਹੈ ਥੇ ਤੋ ਜਾਣੇ ਹੀ ਥੋ ਥੇ ਤੋ ਜਾਣੋ ਹੀ ਮਜ਼ਦੂਰ ਲੋਕ ਨਵੇਂ ਤੋ ਖਰੀਦ ਖੋ ਸਕੇ ਨਹੀਂ ਉਹਨੇ ਕੋ ਮੁਰੰਮਤ ਕਰਵਾਤਾ ਰਹਤਾ ਹੈ ਤੋ ਕੁਝ ਬਾਬੂ ਲੋਕ ਵੀ ਅੱਠੇ ਕੰਮ ਕਰਤੇ ਹੈ ਕਬੀ ਕਬੀ ਵੋ ਵੀ ਪਾਲਿਸ਼ ਕੇ ਲੀਏ ਆਏ ਜਾਂਦੇ ਹੈ ਫਿਰ ਤੋ ਉਸੇ ਨਵੇਂ ਬਣਦੀ ਇਮਾਰਤ ਕੋ ਲੋਸ ਥਾਂ ਛਾਂ ਹੈ ਚਲਿਆ ਜਾ ਮੈਂ ਇੱਕ ਛੋਟੇ ਜਿਹੇ ਦਰਖਤ ਵੱਲ ਇਸ਼ਾਰਾ ਕੀਤਾ ਅठे ਉਸ ਪਾਰ ਸੇ ਵੀ ਕੰਮ ਮਿਲ ਜਾਂਦਾ ਹੈ ਜਿ세 ਆਪ ਆ ਗਏ ਦੋਨੋਂ ਤਰਫੇ ਬੱਸੇ ਰੁਕਤੀ ਹੈ ਨਾ ਬੜੀ ਔਖੀ ਕਮਾਈ ਹੈ ਤੇਰੀ ਤਾਂ ਯਾਰ ਅਜ ਤਾਂ ਗਰਮੀ ਕਾਫੀ ਪੈਂਦੀ ਹੈ ਕਿਆ ਕਰੇ ਬਾਉ ਜੀ ਏਬ ਤੋ ਮੁਸ਼ਕਿਲ ਸੇ ਪੇਟ ਭਰ ਜਾਏ ਤੋ ਵੀ ਗਨੀਮਤ ਹੈ ਤੈਨੂੰ ਕਿੰਨੇ ਕੁ ਰੁਪਏ ਰੋਜ ਦੇ ਬਣ ਜਾਂਦੇ ਆ ਬਸ ਜੀ ਗੁਜ਼ਾਰਾ ਹੀ ਚਲਦਾ ਦੋ ਢਾਈ ਦੋ ਢਾਈ ਕਭੀ ਅੱਛਾ ਦਿਨ ਲੱਗ ਜਾਏ ਤੋ ਚਾਰ ਪੰਜ ਵੀ ਬਣ ਜਾਂਦੇ ਹੈ ਬੱਚੇ ਦੋ ਇੱਕ ਛੋਰਾ ਇੱਕ ਛੋਰੀ ਉਹਨੇ ਆਰ ਚੱਪਲ ਵਿੱਚ ਖੂਬੀ ਛੱਡ ਕੇ ਸੱਜਿਆਦੀਆਂ ਦੋ ਉਂਗਲਾਂ ਚੁੱਕਿਆ ਮੈਂ ਹੱਸ ਪਿਆ ਪਰ ਉਦੋਂ ਤਾਈ ਨਿਰੋਧਾਂ ਦੇ ਲੂਪਾਂ ਦਾ ਯੁੱਗ ਨਹੀਂ ਸੀ ਆਇਆ ਨਾ ਹੀ ਲੋਕ ਔਲਾਦ ਦੀ ਗਿਣਤੀ ਬਾਰੇ ਬਹੁਤਾ ਸੋਚਦੇ ਸੀ ਸਭ ਕੁਝ ਰੱਬ ਉੱਤੇ ਹੀ ਛੱਡ ਰੱਖਦੇ ਸੀ ਉਸ ਜ਼ਮਾਨੇ 'ਚ ਤੂੰ ਇੰਨਾ ਸੋਹਣਾ ਛੋਟਾ ਜਿਹਾ ਪਰਿਵਾਰ ਕਿਵੇਂ ਬਣਾਇਆ ਇੱਕ ਬੱਚਾ ਇੱਕ ਬੱਚੀ ਉਹਨੇ ਕੰਮ ਛੱਡ ਕੇ ਮੇਰੀਆਂ ਅੱਖਾਂ 'ਚ ਸਿੱਧਾ ਵੇਖਿਆ ਬੋਲਿਆ 14 ਦੀਏ ਥੇ ਜੀ ਭਗਵਾਨ ਨੇ ਪੂਰੇ 14 ਉਦੇ ਚਿਹਰੇ ਉੱਤੇ ਥੋੜੀ ਜਿਹੀ ਚਮਕ ਆਈ ਜਿਵੇਂ ਕੋਈ ਫੌਜੀ ਆਪਣੇ ਤਮਗਿਆਂ ਦਾ ਜ਼ਿਕਰ ਕਰ ਰਿਹਾ ਹੋਵੇ ਫਿਰ ਉਹ ਇੱਕਦਮ ਬੁੱਝ ਗਿਆ ਬਾਉ ਜੀ 12 ਉੱਪਰ ਵਾਲੇ ਨੇ ਬੁਲਾ ਲੀਏ بس ਮੇਰੇ ਪਾਸ ਲੈ ਦੇ ਕੇ ਦੋ ਐ ਤਾਂ ਤੁਸੀਂ ਚਾਰ ਜੀਓ ਨਹੀਂ ਜੀ ਦੋ ਇੱਕ ਮੈਂ ਇੱਕ ਛੋਰਾ ਲੜਕੀ ਆਪਣੇ ਘਰ ਚਲੀ ਗਈ ਬੱਚੋਂ ਕੀ ਮਾਂ ਮਰ ਗਈ ਥੀ ਬਹੁਤ ਕਮਜ਼ੋਰ ਥੀ ਸਰਦਾਰ ਜੀ ਸਾਲ ਕੇ ਸਾਲ ਬੱਚਾ ਹੋ ਜਾਂਦਾ ਥਾ ਇਸ ਤਰ੍ਹਾਂ 14 ਹੋਏ ਫਿਰ ਉਸਮੇਂ ਕੀ ਆ ਰਹਿਣਾ ਥਾ ਉਹ ਕੁਝ ਉਦਾਸ ਸਿਆ ਹੋ ਗਿਆ ਧਾਗੇ ਨੂੰ ਛੋਟੀ ਰੰਬੀ ਨਾਲ ਵੱਢਦੇ ਆ ਉਹਨੇ ਬੁਰਸ਼ ਨਾਲ ટોਪੇ ਕਾਲੇ ਕਰ ਦਿੱਤੇ ਤੇ ਬੋਲੇ ਸਰਦਾਰ ਜੀ ਇਹੜੀਆਂ ਵੀ ਘਿਸ ਰਹੀਆਂ ਜੋ ਕਹੋ ਤਾਂ ਠੀਕ ਕਰ ਦੂੰ 2 ਮਿੰਟ ਲੱਗਣਗੇ ਪਰ ਤੇਰੇ ਕੋਲ ਮੋਟਾ ਚਮੜਾ ਕਿੱਥੇ ਹੈ ਮੈਂ ਉਹਦੇ ਸਮਾਨ ਵਾਲ ਫੇਰ ਨਜ਼ਰ ਮਾਰੀ ਉਹ ਵੀ ਹੈ ਜੀ ਉਹ ਉਠਿਆ ਤੇ ਸਾਹਮਣੀ ਕੋਠੀ ਦੀ ਕੰਧ ਦੇ ਨਾਲ ਵਾਲੀ ਸਦਾਈ ਸੁੱਕੀ ਰਹਿਂਦੀ ਖਾਈ ਉੱਤੇ ਕੋਠੀ ਦੇ ਗੇਟ ਸਾਹਮਣੇ ਬਣੀ ਹੋਈ ਪੁਲੀ ਹੇਠਾਂ ਚਮੜਾ ਚੁੱਕ ਲਿਆ ਕੀ ਗੱਲ ਉੱਥੇ ਰੱਖਿਆ ਹੋਇਆ ਹੈ ਉਦਹੀ ਗੱਲ ਮੇਰੀ ਸਮਝ ਨਹੀਂ ਸੀ ਇਹ ਮਤ ਪੁੱਛੋ ਬਾਉ ਜੀ ਉਹ ਦੁਖੀ ਹੋ ਕੇ ਬੋਲੇ ਫਿਰ ਵੀ ਆ ਕਮੇਟੀ ਕੀ ਗਾਡੀ ਆਤੀ ਹੈ ਸਭ ਕੁਝ ਉਠਾ ਕੇ ਲੈ ਜਾਂਦੇ ਹਨ ਖਾਲੀ ਆਦਗਰ ਜਾਣਾ ਪੜਦਾ ਅੱਛਾ ਅੱਛਾ ਚਮੜਾ ਮੈਂ ਭੱਟੇਪੂਲ ਕੇ ਥਲੇ ਛੁਪਾ ਦਿੱਤਾ ਤੁਸੀਂ ਲੋਕਾਂ ਨੇ ਕਿਹੜਾ ਪੱਕੇ ੱਡੇ ਬਣਾ ਲਏ ਹੁੰਦੇ ਆ ਤੁਹਾਡੇ ਨਾਲ ਇਉਂ ਕਿਉਂ ਕਰਦੇ ਆ ਇਹ ਹੀ ਤਾਂ ਜ਼ੁਲਮ ਹੈ ਜੀ ਬਾਉ ਜੀ ਪੱਕੇ ੱਡੇ ਵਾਲੋਂ ਕੋਈ ਨਹੀਂ ਪੁੱਛਦਾ ਕਸਰ ਹਮ ਜੈਸੀ ਗਰੀਬੋਂ ਪਰ ਨਿਕਾਲਤੇ ਆ ਉਹ ਇੱਕ ਪਲ ਰੁਕਿਆ ਤੇ ਅੱਡੀ ਉੱਤੇ ਚਮੜਾ ਰੱਖ ਕੇ ਮੇਖ ਗੜਦਿਆਂ ਬੋਲਿਆ ਸਰਦਾਰ ਜੀ ਧਰਤੀ ਉੱਪਰ ਪਾਪ ਘਣੀ ਹੋਣੇ ਲਗੇ ਮਨ ਚਾਹਤਾ ਹੈ ਭਗਵੇਂ ਪੈਰ ਲੂੰ ساری ਉਮਰ ਅੱਠੇ ਦਿਲੀ ਮੇਂ ਹੀ ਬਤਾਈ ਹੈ ਜੀ ਮਹਾਤਮਾ ਜੀ ਕਹਾ ਕਰਤੇ ਥੇ ਪੰਡਿਤ ਜੀ ਕੇ ਕਹਾ ਕਰਤੇ ਥੇ ਪਰ ਹੋ ਕੇ ਰਹਾ ਹੈ हे ਮੇਰੇ ਬਗਮਾਨ ਉਹਨੇ ਘੋਰ ਨਿਰਾਸ਼ਾ ਚ ਸਿਰ ਮਾਰਿਆ ਤੇਰੇ ਸਾਧੂ ਹੋ ਜਾں ਤੇਰਾ ਖਿਆਲ ਹੈ ਧਰਤੀ ਤੋਂ ਪਾਪ ਘਟਜਾਂ ਮੈਂ ਜਾਣ ਬੁੱਝ ਕੇ ਇਹਨੂੰ ਛੇੜਿਆ ਛੇੜਿਆ ਨਾ ਨਾ ਸਰਦਾਰ ਜੀ ਬਾਤ ਇਨੀਉ ਨਹੀਂ ਇਹਨਾਂ ਦੁਸ਼ਟੋਂ ਸੇ ਤੋ ਪੱਲਾ ਛੂਟੇਗਾ ਪੱਲਾ ਕੀ ਛਟੂ ਹੁਣ ਤਾਂ ਕੰਮ ਕਰਕੇ ਆਪ ਦੀ ਪਵਿੱਤਰ ਕਮਾਈ ਖਾਣਾ ਫੇਰ ਇਹਨਾਂ ਦੀ ਦਰਾਂ ਤੋਂ ਮੰਗ ਕੇ ਖਾਣਾ ਪੈਣਾ ਇਹ ਤੋ ਠੀਕ ਹੈ ਜੀ ਪਰ ਮਨ ਬੜਾ ਦੁਖੀ ਰਹਤਾ ਹੈ ਕਬੀ ਕਬੀ ਜੀ ਚਾਹਤਾ ਹੈ ਮਰ ਜਾਏ ਦੀ ਕੇ ਨਾਨੇ ਆਪਣੀ ਰੋਜੀ ਵੀ ਖਾਣੇ ਕੇ ਦਵੇਂ ਦੇਵੇਂ ਨਹੀਂ ਕਈ ਬਾਰ پاس ਬੈਠੇ ਛਾਬੜੀ ਵਾਲੇ ਰੁਪਏ ਦੇ ਹੀਲੀ ਸੀ ਮੂੰਹ ਕਾਲਾ ਕਰ ਦਿਤਤੇ ਤੋ ਉਨਕੋ ਛੋੜ ਦਿਤਤੇ ਹੈ ਅਰ ਹਮਰਾ ਸਾਰਾ ਮਾਲ ਮਤਾ ਛੀਨ ਕੇ ਲੈ ਜਾਵੇਂ ਉਹਨੇ ਅੱਡੀ ਦਵਾਲਿਓ ਵਾਧੂ ਨਵਾਂ ਚਮੜਾ ਕੱਟ ਦਿਆ ਆਖਿਆ ਤੂੰ ਵੀ ਹੱਡ ਉਹਨਾਂ ਦੇ ਮੂੰਹ ਚ ਪਾ ਦਿਆ ਕਰ ਹੋਰ ਕੋਈ ਵਾਹ ਮੈਂ ਹੱਸ ਦਿਆ ਆਖਿਆ ਅਠੇ ਕਿਸ ਕਿਸ ਦਾ ਮੂੰਹ ਬੰਦ ਕਰੇ ਜੀ ਸਭ ਕਬੀੜਾ ਡੁੱਬਨੇ ਕੋ ਹੂਆ ਹੈ ਔਰ ਇਸ ਜਗ ਮੇ ਮੇਰਾ ਹੈ ਵੀ ਕਿਆ ਬੀਵੀ ਥੀ ਚਲ ਬਸੀ ਛੋਰੀ ਆਪਣੇ ਘਰ ਗਈ 14-15 ਬਰਸ ਕਾ ਛੋਰਾ ਰਾਤ ਕੋ ਆਤਾ ਰੋਟੀ ਜੀਮੀ ਔਰ ਸੋ ਗਿਆ ਸਵੇਰ ਰੋਟੀ ਚਾਹ ਜੀਮੀ ਔਰ ਬਰਕਛਾਪ ਚਲਾ ਗਿਆ ਨਾ ਕਬੀ ਉਸਨੇ ਮੇਰੇ ਕੁਝ ਪੁੱਛਿਆ ਨਾ ਬਤਾਇਆ ਸਿਲਮਾ ਦੇਖਦਾ ਹੈ ਮਾથે ਪਰ ਵਾਲੋਂ ਕੀ ਲਿਟ ਛੋੜਦਾ ਹੈ ਸਿਗਰਟ ਪੀਤਾ ਹੈ ਇੱਕ ਦੋ ਸਾਲ ਮੇ ਲੌਂਡੀਆਂ ਕੋ ਪੀਛਾ ਕਰਨੇ ਲਗੇਗਾ ਫਿਰ ਤੋ ਉਸੇ ਮੇਰਾ ਬਿਲਕੁਲ ਹੀ ਧਿਆਨ ਨਹੀਂ ਰਹੇਗਾ ਇਸ ਦੁਨੀਆ ਮੇ ਕੇ ਰੱਖਾ ਜੀ ਜੋ ਨਰਕ ਭੋਗਤੇ ਫਿਰੇ ਉਹਨੇ ਜਿਵੇਂ ਮੈਨੂੰ ਸਵਾਲ ਕੀਤਾ ਜਿਹੋ ਜੀ ਹਾਲਤ ਵਿਚ ਉਹ ਹੈ ਸੀ ਮੈਨੂੰ ਉਹਦੀ ਉਪਰਾਮਤਾ ਸਮਝ ਪੈਂਦੀ ਸੀ ਮੇਰੇ ਕੋਲ ਉਹਦੇ ਸਵਾਲ ਦਾ ਕੋਈ ਉੱਤਰ ਨਹੀਂ ਸੀ ਫਿਰ ਵੀ ਜਵਾਬ ਦੇਣ ਖਾਤਰ ਮੈਂ ਉਹਨੂੰ ਆਖਿਆ ਜ਼ਿੰਦਗੀ ਦਾ ਭਰਾਵਾ ਆਖਰ ਜ਼ਿੰਦਗੀ ਹੈ ਇੰਨਾ ਸਾਧ ਹੋਣਾ ਇਹਦੀਆਂ ਔਖਾਂ ਦਾ ਹੱਲ ਹੈ ਨਾ ਮਰ ਜਾਣਾ ਬਹਾਦਰੀ ਹੈ ਜ਼ਿੰਦਗੀ ਬੜੀ ਪਿਆਰੀ ਚੀਜ਼ ਹੈ ਤੇ ਹੱਕ ਦੀ ਕਮਾਈ ਕਰਕੇ ਖਾਣ ਨਾਲੋਂ ਵੱਡੀ ਸਾਦਗੀਰੀ ਕਿਹੜੀ ਹੈ ਜ਼ਿੰਦਗੀ ਤੋਂ ਬੜੀ ਪਿਆਰੀ ਹੈ ਜੀ ਕੁੱਤੇ ਕੋ ਵੀ ਮਾਰੋ ਤੋ ਕਾਟਨੇ ਕੋ ਆਤਾ ਹੈ ਸਰਦਾਰ ਜੀ ਦਿਲ ਭਰ ਗਿਆ ਏਬ ਧਰਮ ਕੀ ਕਮਾਈ ਤੋਂ ਪੈਦਾ ਹੋਨੇ ਸਹੀ ਕਰ ਰਹਾ ਹੂੰ ਕਹਾ ਕਰਤੇ ਆਂ ਰੰਡੀ ਤੋ ਵਕਤ ਕੱਟ ਲੈ ਪਰ ਉਂਗਲੀਆਂ ਵਾਲੇ ਨਹੀਂ ਕੱਟਨੇ ਦਿੱਤੇ ਦੁਨੀਆ ਜੀਨੇ ਨਹੀਂ ਦਿੱਤੀ ਜੀ ਉਹਦੀਆਂ ਅੱਖਾਂ ਚ ਲੋਹੜੇ ਦਾ ਗਲਾਸ ਸੀ ਉਹਨੇ ਅੱਡੀਆਂ ਦੇ ਨਵੇਂ ਚਮੜੇ ਨੂੰ ਬੁਰਸ਼ ਨਾਲ ਕਾਲਾ ਕਰਕੇ ਚੱਪਲਾ ਮੇਰੇ ਅੱਗੇ ਰੱਖਤੀਆਂ ਸਾਹਦ ਹੋਣ ਜਾਂ ਮਰਨ ਨਾਲੋਂ ਤਾਂ ਚੰਗਾ ਜਦੋਂ ਕੋਈ ੱੱੱਕਾ ਕਰੇ ਜਿੰਨਾ ਕੁ ਵੇਤ ਆ ਉਹਦਾ ਟੱਕਰਾ ਕਰੋ ਜਿੱਤ ਦਾ ਤਾਂ ਅੰਤ ਸੱਚ ਹੀ ਐ ਮੈਂ ਉਹਨੂੰ ਦਿਲਾਸਾ ਦਿੱਤਾ ਜਦ ਸੱਚ ਜੀਤਤਾ ਥਾ ਉਹ ਵਕਤ ਬੀਤ ਗਏ ਬੌਜੀ ਇਹ ਤਾਂ ਝੂਠ ਹੀ ਫਲੇ ਫੁਲੇ ਐ ਕਿ ਬਿਚ ਸੱਚ ਵਿਚਾਰੇ ਕੋ ਕੌਣ ਪੁੱਛੇ ਉਹ ਜਿਹਨੇ ਬਿਲਕੁਲ ਨਿਰਾਸ਼ ਹੋ ਚੁੱਕਿਆ ਸੀ ਰਾਤ ਪਿੱਛੋਂ ਸੂਰਜ ਤਾਂ ਚੜਦਾ ਹੀ ਆ ਯਾਰ ਇਹ ਤਾਂ ਤੂੰ ਮੰਨਦਾ ਮੈਂ ਆਕਰ ਪੁਰਾਣੀ ਕਸੀ ਗੱਲ ਦੁਹਰਾਏ ਪਰ ਰਾਤ ਕਿਵੇਂ ਕੱਟੇ ਜੀ ਜਦ ਸੂਰਜ ਨਿਕਲੇਗਾ ਦੇਖ ਲੇਗੇ ਉਹਨੇ ਮੈਨੂੰ ਫੇਰ ਨਿਰ ਉੱਤਰ ਕਰ ਦਿੱਤਾ ਜਾਂ ਤੂੰ ਸਾਲੇ 1 2 ਦੇ ਸਾਥ ਲੈ ਮਰੇ ਇਹ ਕਹਿੰਦੇ ਹੋ ਹੱਸ ਪਿਆ ਹਾਂ ਵੀ ਸਾਧ ਹੋਣ ਜਾਂ ਮਰਨ ਨਾਲੋਂ ਤਾਂ ਇਹ ਰਾਹ ਚੰਗਾ ਹੈ ਮੈਂ ਵੀ ਹੱਸ ਕੇ ਜਵਾਬ ਦਿੱਤਾ ਗੰਭੀਰ ਗੱਲਾਂ ਚੋਂ ਨਿਕਲ ਕੇ ਅਸੀਂ ਹਾਸੇ ਠੱਠੇ ਤੇ ਆ ਗਏ ਤੇ ਮੈਂ ਮੁਖਾਲ ਚ ਆਖਿਆ ਜਦੋਂ ਕੋਈ ਤੇਰੇ ਸਾਹਮਣੇ ਕਿਸੇ ਤੋਂ ਰੁਪਈਆ ਥੇਲੀ ਲੈ ਕੇ ਛੱਡ ਜਾਵੇ ਤੇਰੇ ਸਮਾਨ ਨੂੰ ਠੇਡੇ ਮਾਰੇ ਤਾਂ ਵੱਡੀ ਰੰਬੀ ਚੱਕ ਕੇ ਸਾੜੇ ਦੇ ਠੇਡੇ ਚ ਫੇਰ ਦੇ ਉਹ ਵੀ ਹੱਸ ਪਿਆ ਸਰਦਾਰ ਜੀ ਖੂਬ ਕਹੀ ਫਿਰ ਉਹ ਇੱਕਦਮ ਗੰਭੀਰ ਹੋ ਕੇ ਬੋਲਿਆ ਵੈਸੇ ਤੋਂ ਮਾਰੇ ਸਭੀ ਹਥਿਆਰ ਖਤਰਨਾਕ ਹੋਵੇ ਮੁੰਗਰਾ ਕਨਪੱਟੀ ਪੇ ਦੇ ਮਾਰੋ ਤੋ ਜਨਾ ਪਾਣੀ ਨਾ ਮੰਗੇ ਅਰ ਕਲੇਜੇ ਪਰ ਰੱਖ ਦੋ ਤੋ ਬਾਹਰ ਖਾਲੀ ਨਾ ਜਾਏ ਮਗਰ ਰੰਬੀ ਪੇਟ ਮੇਂ ਫੇਰ ਦੋ ਤੋ ਬੋਲੇ ਹੀ ਰਾਮ ਸਭਾਂ ਅੰਤੇ ਇਕਦਮ ਢੇਰ ਹੋ ਜਾਏ ਉਹਨੇ ਵੱਡੀ ਰੰਬੀ ਚੁੱਕ ਕੇ ਉਹਦੀ ਧਾਰ ਉਤੇ ਉਂਗਲ ਫੇਰ ਦਿਆਂ ਆਖਿਆ ਉਹਦਾ ਚਿਹਰਾ ਸਾਰੇ ਮੁਖਾਲ ਨਾਲ ਚਮਕ ਉਠਿਆ ਸੀ ਤੇ ਅੱਖਾਂ ਤਿੱਖੀਆਂ ਹੋ ਗਈਆਂ ਸੀ ਮੈਂ ਪੈਸੇ ਉਹਦੀ ਪਥਰੀ ਉਤੇ ਰੱਖੇ ਤੇ ਅੱਛਾ ਭਾਈ ਮੋਚੀ ਕਹਿੰਦੇ ਆ ਦਫਤਰੋਂ ਤੁਰ ਪਿਆ 4 ਵਜੇ ਛੁੱਟੀ ਹੋਈ ਗੇਟ ਤੋਂ ਨਿਕਲਦਿਆਂ ਵੇਖਿਆ ਸੜਕ ਦੇ ਦੂਜੇ ਪਾਸੇ ਬਿਲਕੁਲ ਸਾਹਮਣੇ ਸਟਾਪ ਤੇ ਮੇਰੀ ਬੱਸ ਖਲੋਤੀ ਸੀ ਮੈਂ ਸੱਜੇ ਖੱਬੇ ਵੇਖਦੇ ਆਂ ਭੱਜ ਕੇ ਸੜਕ ਪਾਰ ਕੀਤੀ ਤੇ ਤੁਰਨ ਲੱਗੀ ਬੱਸ ਤੇ ਛੜ ਗਿਆ ਬਿਲਕੁਲ ਪਿਛਲੀ ਵੱਡੀ ਸੀਟ ਉੱਤੇ ਥਾਂ ਖਾਲੀ ਪਈ ਸੀ ਬੈਠ ਗਿਆ ਮੈਂ ਸੁਭਾਵਕ ਕੀ ਤੁਰੀ ਜਾਂਦੀ ਬੱਸ ਦੇ ਵੱਡੇ ਸ਼ੀਸ਼ੇ ਚ ਪਿੱਛੇ ਵੱਲ ਵੇਖਿਆ ਮੋਚੀ ਵਾਲੀ ਥਾਂ ਉੱਤੇ ਕਾਫੀ ਕੱਠ ਸੀ ਉਹ ਕੱਠ ਕੇ ਹੈ ਮੈਂ ਆਪਣੇ ਨਾਲ ਬੈਠੇ ਇਸ ਸਟਾਪ ਤੋਂ ਚੜ੍ਹੇ ਇੱਕ ਬੰਦੇ ਨੂੰ ਉਤਸੁਕਤਾ ਨਾਲ ਪੁੱਛਿਆ ਕੱਲ ਜੋ ਗਏ ਜੀ ਕੱਲ ਜੋ ਗਏ ਆ ਪਟੜੀਆਂ ਸਾਫ਼ ਕਰਵਾਉਣ ਵਾਲਿਆਂ ਚੋਂ ਇੱਕ ਬੰਦੇ ਦੇ ਉੱਥੇ ਬੈਠੇ ਮੋਚੀ ਨੇ ਰੰਬੀ ਮਾਰਤੀ ਉਹ ਮਰ ਗਿਆ ਮੇਰਾ ਮੂੰਹ ਟੱਡੇ ਦਾ ਟੱਡਾ ਰਹਿ ਗਿਆ ਤੁਸੀਂ ਮਰ ਗਿਆ ਪੁੱਛਦੇ ਹੋ ਉਹਨੇ ਪਾਣੀ ਨਹੀਂ ਮੰਗਿਆ ਹਿਜਕੀ ਨਹੀਂ ਲਈ ਆਂਦਰਾਂ ਥਾਂ ਢੇਰੀ ਹੋ ਗਈਆਂ ਉਹ ਬੰਦਾ ਅੱਗੋਂ ਵੀ ਕੁਝ ਦੱਸ ਰਿਹਾ ਸੀ ਪਰ ਮੇਰਾ ਧਿਆਨ ਹੁਣ ਉਸ ਵੱਲ ਨਹੀਂ ਸੀ ਰਿਹਾ ਧੰਨਵਾਦ